رَبِّكَ وَانْهَرْ إِنَّ شَانِيَكَ هُوَ الْأَبْتَرْ صَدَقَ اللَّهُ الْعَظِيمُ. دو شعر سارے ملی جائے. سب سے اولا و اعلی ہما, سب سے بالا و اعلی ہما, را نبی دونوں عالم کا دولا ہما, را نبی اپنے مولا کا پیارا ہما, را نبی اپنے مولا کا پیارا ہما, را نبی. اللہم صلی اللہ علیہ وسلم مولان محمد وعلا سیدنا مولان محمد وبارک وسلم صلی اللہ علیہ. ربنا وجعلنا مسلمین وعقام ذریتنا وعقام مسلمت اللہ وعلی مناسکنا طبالینا انکا انت تواب الرحیم. یا ربی بن مصطفیٰ بلغ مقاصدنا وقفر لنا ودائی واسر کرمی. یا رسول اللہ برہا لنا, یا حبیب اللہ اسما قالنا, اننا فی بحری ہم من مغرق حضاری سہل لنا اشکالنا. الہی تو اساکن مشکلات تفہید محمد علیہ السلام. ہم اولائی کے نکی بار میں رحمات و برکات کا نزول فرما, تمام مشکلات کو آسان فرما, تمام مصائب کو دور فرما, تمام آنے والی وفات بیا سے محفوظ فرما, شیاطین کے شر سے محفوظ فرما, حاسن کے اثر سے محفوظ فرما, آپس میں اتفاق اتحاد کی دولت سے فرما. ہم اولائی کے ان سب کو مل جل کر زندگی بسر کرنے کی توفیق عطا فرما. ہم مولا کریم تمام عالم اسلام کی خیر فرما, عالم پاکستان کی خیر فرما. ہم مولا کریم عزیز کی کشمیر کی خیر فرما. ہم مولا کریم فلسطین کے بھائیوں کی خیر فرما. ہم مولا کریم پر رحمت و برکات کا نزول فرما. ہم مولا کریم کو آزادی جیسی عظیم نعمت عطا فرما. پورا دین و دنیا الاخرہ. اللہم بلغ مقاصدنا مقاصد الدین و دنیا الاخرہ. اللہم ساحل مرادنا مراد الدین و دنیا الاخرہ. الہی بحق کے محمد رسول دعا ہم گرے گارو کی کر قبول. صلی اللہ تعالیٰ علیہ رسول خدر کی محمد و علیہ وسلم این برحمت کے یار. بسم اللہ الرحمن الرحیم. السلام علیکم دوستو, بابی دی نگری تو پیارے مان. آج کھنڈامور ہے, کھنڈامور ایشرت ہوٹل ہے. یہ مرپر جڑا نا مرپر روڈ پر ہے. جڑے سارے کول بیٹھے ہوئے نے, یہ ਬਾਵਨ ਈਸਰ ਇਹਨਾਂ ਤਕਰੀਬਨ 43 ਸਾਲ 35 35 ਸਾਲ ਇਹਨਾਂ ਜਿਹੜਾ ਈਸਰ ਉੱਪਰ ਗੁਜ਼ਾਰਿਆ, ਤੇ ਇਹਨਾਂ ਨਾਲ ਵੀ ਗੱਲਬਾਤ ਕਰਨੀ ਆ ਵੀ ਕਿ ਜਦ ਤੁਸੀਂ ਜਿਹੜਾ ਟਾਈਮ ਗੁਜ਼ਾਰਿਆ. ਜਨਾਬ ਈਸਰ ਰਹੇ ਆ 35 ਸਾਲ, ਬੜੇ ਅੱਛਾ ਜਿਹੜਾ ਗੁਜ਼ਰਿਆ, ਜਿੱਥੇ ਰੋਟੀ ਪਾਣੀ ਹੈ ਜਿੱਥੇ ਖਾਧਾ ਉੱਥੇ ਖਤਮ ਹੋ ਗਿਆ, ਇੱਥੇ ਸ਼ਿਫਟ ਕਰ ਗਏ. ਅੰਦਾ ਇੱਥੇ ਦੁਆ ਕਰੇ ਸਾਡੇ ਵਾਸਤੇ ਵੀ, ਚਲੋ ਅੱਲਾਹ ਤਾਲਾ ਸਹੀ ਕਾਮਯਾਬ ਕਰੇ, ਇੱਥੇ ਸਾਡੀ ਰੋਜ਼ੀ ਇਜ਼ਾਫਾ ਕਰੇ. ਹਾਂ ਤੁਸਾਂ ਕੋਈ ਆਪਣੇ ਕੋਈ ਦੱਸੋਗੇ? ਅਸਲਾਮ ਅਲੈਕਮ, ਮੈਂ ਰਾਜਾ ਮੁਸ਼ਤਾਕ ਈਸਰ ਹੋਟਲ ਵਾਲਾ ਬੋਲ ਰਿਹਾ. ਮੈਂ ਤਮਾਮ ਹੁਕਮੰਦਾ ਤੋਂ ਲੈ ਕੇ ਤਲਾਕ ਟਿਕੇ ਜਿੱਥੇ ਆਵਾਮ ਹੈ ਛੋਟੇ ਬੜੇ, ਉਹਨੇ ਸਭ ਕੀ ਸਲਾਮ ਪੇਸ਼ ਕਰਨਾ. ਮੈਂ ਬੜਾ ਅੱਛਾ ਟਾਈਮ ਗੁਜ਼ਾਰਿਆ ਲੋਕਾਂ ਵਿੱਚ. ਅਸਲ ਵਿੱਚ ਉਮਰ ਨਾ 100 ਹੋ ਜਾਣਾ ਤਕਰੀਬਨ 35 ਸਾਲ ਇੱਕ ਜਣਾ ਬੰਦਾ ਜਵਾਨ ਤੋਂ ਜਿਲ੍ਹਾ ਬੁੱਢਾ ਹੋ ਜਾਏ, ਉਸਨੇ ਥੋੜ੍ਹਾ ਜਿਹਾ ਅਫਸੋਸ ਵੀ ਲੱਗਣਾ ਜਿਲ੍ਹਾ ਥੋੜ੍ਹਾ ਹੈ, ਜਾਂ ਜਿਸ ਜਗ੍ਹਾ ਨਾਲ ਪਿਆਰ ਕਰਨਾ ਹੈ ਇਸ ਮਾਨੇ ਥੋੜ੍ਹਾ ਜਿਹਾ ਇਹ ਚੀਜ਼ ਹੈ ਕਿ ਜਿਹੜਾ ਮੱਦੇ ਨਜ਼ਰ ਰੱਖੀਦਾ ਹੈ, ਇਹਨਾਂ ਕੋਲੋਂ ਨਹੀਂ ਗੱਲ ਹੋਈ ਸਕਣੀ. ਤਾਂ ਫਿਰ ਵੀ ਚਲੋ ਬਾਬਾ ਕੋਸ਼ਿਸ਼ ਕਰੋ, ਫਿਰ ਵੀ ਇਨਸ਼ਾਅੱਲਾ ਮੈਂ ਸਭ ਲੋਕਾਂ ਦੀ ਈਦ ਮੁਬਾਰਕ ਪੇਸ਼ ਕਰਨਾ, ਸਭ ਨਾਲ ਸ਼ੁਕਰੀਆ ਅਦਾ ਕਰਨਾ. ਮੈਂ ਘਰ ਨੇ ਮਾਹੌਲ ਕਰਾਂਗਾ ਤੁਸਾਂ ਲੋਕਾਂ ਨੂੰ ਟਾਈਮ ਗੁਜ਼ਾਰਿਆ, ਤੁਸਾਂ ਮੇਰੀ ਬਹੁਤ ਇੱਜ਼ਤ ਕੀਤੀ, ਖਾਸ ਕਰਕੇ ਜਿਹੜੇ ਉਮਰ 80 ਸਾਲ ਇੱਕ ਜ਼ਿੰਦਗੀ ਨੇ ਹਿੱਸਾ ਹੈ, ਮੈਂ ਅੱਧਾ ਹਿੱਸਾ ਉੱਥੇ ਤੁਸਾਂ ਲੋਕਾਂ 'ਚ ਗੁਜ਼ਾਰਿਆ. ਤੁਸਾਂ ਨੇ ਬੱਚਿਆਂ, ਤੁਸਾਂ ਨੇ ਖਾਨਦਾਨਾਂ ਮੇਰਾ ਅੱਛਾ ਸਾਥ ਦਿੱਤਾ, ਮੇਰੀ ਅੱਛੀ ਇੱਜ਼ਤ ਕੀਤੀ ਹੈ. ਮੈਂ ਤੁਸਾਂ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ. ਔਰ ਇੰਦਾ ਵੀ ਇਨਸ਼ਾਅੱਲਾ ਜਿੱਥੇ ਵੀ ਮਿਲਤਾ, ਜਦ ਤੱਕ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਪਰ ਖਲੂਸ ਤੁਸਾਂ ਇਨਸ਼ਾਅੱਲਾ ਖਬਾ ਖਲਾਕ ਮਿਲਸਾਂ. ਇਹ ਰੋਜ਼ੀ ਪਾਣੀ ਦੀ ਗੱਲ ਹੋਣੀ ਹੈ, ਮਾਲਕਾਂ ਨੇ ਕੋਈ ਵਸਾਇਲ ਸਾਨੂੰ ਨਾ ਅਸਾਂ ਕਿ ਆਖਿਆ ਵੀ ਤੁਸੀਂ ਅਸਾਂ ਇਤਨਾ ਅਰਸਾ ਹੋ ਗਿਆ, ਅਸਾਂ ਕੋਈ ਤਬਦੀਲੀ ਚਾਹੁੰਦੇ ਹਾਂ, ਅਤੇ ਅੱਲਾਹ ਤਾਲਾ ਉਹਨਾਂ ਕੀ ਵੀ ਖੁਸ਼ ਰੱਖਿਆ, ਅਸਾਂ ਕੇ ਵੀ ਖੁਸ਼ ਰੱਖਿਆ,
ਜੇ ਕੋਈ ਗਿੱਲਾ ਕੋਈ ਨਾਰਾਜ਼ਗੀ ਨਹੀਂ ਰੋਜ਼ੀ ਪਾਣੀ ਨਹੀਂ ਗੱਲ ਜਿਸ ਵੇਲੇ ਮੇਰਾ ਪਾਣੀ ਉੱਥੋਂ ਖਤਮ ਹੋ ਗਿਆ ਤਾਂ ਮੈਂ ਉੱਥੋਂ ਸ਼ਿਫਟ ਕਰ ਲਿਆ ਮੈਂ ਚੰਗੀ ਰੋਜ਼ੀ ਕਮਾਈ ਹੈ ਉਸ ਜਗ੍ਹਾ ਤੋਂ ਮੈਂ ਉਹਨਾਂ ਲੋਕਾਂ ਸਾਰਿਆਂ ਕੀ ਫਿਰ ਦੁਬਾਰਾ ਜਿਹੜਾ ਸਲਾਮ ਅਰਜ਼ ਕਰਨਾ ਅੱਲਾਹ ਤਾਲਾ ਤੁਸੀਂ ਖੁਸ਼ ਰੱਖਿਆ ਔਰ ਮਿਹਰਬਾਨੀ ਬਾਬਾ ਅੱਲਾਹ ਨੇ ਵਾਲਾ ਤਾਂ ਇਹ ਤੁਸਾਂ ਕੀ ਯਾਦ ਕਰਾਈ ਹੋਣਾ ਇਹ ਇਹਨਾਂ ਦੀ ਦਾਲ ਬੜੀ ਮਸ਼ਹੂਰ ਹੈ ਜਿਹੜੀ ਪਤਾ ਰਾਜਿਆਂ ਨੇ ਉਡਲਾ ਜੁਲਿਆਂ ਦਾਲ ਖਾਣੇ ਵਾਸਤੇ ਇਹ ਉਹ ਹੈ ਬਾਬੇ ਨੇ ਠੀਕ ਹੈ ਹੁਣ ਕਸਾ ਜੁਲਿਆਂ ਰਾਜਿਆਂ ਨੇ ਉਡਲਾ ਪਰ ਇਹ ਉਹ ਦੋਵੇਂ ਬਾਬੇ ਨੇ ਯਾਦ ਰੱਖੇ ਠੀਕ ਹੈ ਅਤੇ ਪਿੱਛੇ ਜਿਹੜੇ ਖਲਤੇ ਪੱਟੀ ਕਾਲਾ ਜਿਹੜਾ ਨਾਲ ਜਿਹੜਾ ਖੋਖਾ ਸੀ ਉਹਨਾਂ ਨਾਲ ਇਹਨਾਂ ਨੂੰ ਖੋਖਾ ਹੋਣਾ ਸੀ ਤਾਂ ਇਹਨਾਂ ਨਾਲ ਵੀ ਚਲੋ ਗੱਲਬਾਤ ਕਰਨੀ ਠੀਕ ਹੈ ਬਹੁਤ ਸੋਹਣਾ ਅੱਲਾ ਨੇ ਵਾਲਾ ਮਿਹਰਬਾਨੀ ਸੋਹਣੀ ਕਿ ਠੀਕ ਠਾਕ ਹੋ ਕਾਫੀ ਲੇਟ ਆਏ ਹੋ ਕਿਆ ਵਜ੍ਹਾ ਜੀ ਹਾਂ ਜੀ ਸ਼ਹੀਦ ਭਾਈ ਕਿਆ ਹਾਲ ਹੈ ਸੁਣੋ ਸਹੀ ਸਹੀ ਠੀਕ ਹੈ ਕਿਆ ਵਜ੍ਹਾ ਲੇਟ ਕਿਉਂ ਆਇਓ ਬਿਜ਼ੀ ਸੋ ਠੀਕ ਚਲੋ ਅੱਲਾ ਖੈਰ ਕਰ ਪਹੁੰਚ ਗਏ ਆਇਓ ਮਿਹਰਬਾਨੀ ਸੁਣੀ ਇਹ ਬਾਬਾ ਆਪਣੇ ਕੰਮੇ ਪਰ ਆਈ ਗਏ ਕੱਪੜੇ ਟੋਕਣੇ ਪਰ ਆਈ ਗਏ ਬਾਬਾ ਔਰ ਤੱਕੋ ਲੱਗੇ ਹੁਣ ਆਪਣੇ ਆਪਣੇ ਕੰਮੇ ਇਹ ਹੈ ਬਾਬੇ ਜਿਹੜਾ ਨਾ ਆਪਣੀ ਡਿਊਟੀ ਪਰ ਹਾਜ਼ਰ ਹਨ ਹਾਂਡੀਆਂ ਪਰ ਠੀਕ ਹੈ ਦੁਆ ਕਰੀਏ ਸਾਡੀ ਰੋਜ਼ੀ 'ਚ ਇਜ਼ਾਫਾ ਹੋਵੇ ਮਿਹਰਬਾਨੀ ਸ਼ੁਕਰੀਆ ਅੱਲਾ ਪਾਕ ਜਿਤਨੀ ਲਿਖੀ ਵੀ ਇਤਨੀ ਲਫ਼ਜ਼ੀ ਇਨਸ਼ਾਅੱਲਾ ਜ਼ਰੂਰ ਇਨਸ਼ਾਅੱਲਾ ਬਾਬਾ ਪੁਰਾਣੇ ਜਿਹੜਾ ਆਪਣੀ ਵਰਦੀ ਚ ਆਈ ਗਏ ਨੇ ਸਿਰਾ ਪੁਰਾਣੇ ਸਨ ਪਿੱਛਾ ਤੰਦੂਰਾਂ ਨੇ ਠੀਕ ਹੈ ਜੀ ਭਾਈ ਗੁਰਬਾਨ ਹੋਰ ਜਿਹੜੇ ਚਾਹ ਜਿਹੜੀਆਂ ਜਿਹਨਾਂ ਨੇ ਮਸ਼ਹੂਰ ਹੈ ਚਾਹ ਜਿਹੜੇ ਬਣਾਉਣੇ ਹੋਣੇ ਸਨ ਪਿੱਛਾ ਜਿੰਨੇ ਅਸਾਂ ਪਲਕਾ ਕੋਲ ਤੰਦੂਰਾ ਪਰ ਭਾਈ ਖਾਲੋ ਪਰ ਵੀ ਦੱਸੀ ਉਹਨੇ ਜਿਹਨਾਂ ਤਕਰੀਬਨ ਜਿਹੜਾ ਜ਼ਿੰਦਗੀ ਤੰਦੂਰਾ ਪਰ ਹੀ ਗੁਜ਼ਾਰੀ ਹੈ ਅੱਗੇ ਪਰੀ ਇਸ ਤਰ੍ਹਾਂ ਕੀ ਜਾਣਾ ਨਾ ਇਸਰਾ ਪਰ ਰੋਟੀਆਂ ਪਕਾਈ ਤਾਂ ਦੇਣੇ ਰਹਿਣ ਕਿਉਂ ਭਾਈ ਆ ਗੱਲਾਂ ਹੋਰ ਆਪਣੀ ਸਿਹਤ ਠੀਕ ਹੈ ਬੱਚੇ ਠੀਕ ਹੈ ਇਹ ਅੱਲਾ ਨੇ ਮਾਤਾ